Afrikaner band karo, musalman Afrikaner pratar karana band karo, musalman Afrikaner pratar karana band karo. ਉਹਨਾਂ ਪੁੱਛਿਆ ਸ਼ਾਮ ਨੂੰ ਕਿ ਤੁਸੀਂ ਜਿਹੜੇ ਦੰਗਾ ਪਿੰਡਾਂ ਦੇ ਪ੍ਰਧਾਨ ਸਾਹਿਬਾਨ ਵਾਈਸ ਪ੍ਰਧਾਨ ਜਨਰਲ ਸੈਕਟਰੀ ਔਰ ਪਿੰਡਾਂ ਦੇ ਵੀ ਔਰ ਪਿੰਡਾਂ ਦੇ ਸਰਪੰਚ ਪੰਚ ਸਾਹਿਬਾਨ ਔਰ ਸਾਰੇ ਆਪਾਂ ਸਾਰੇ ਥਾਣੇ ਚੱਲਾਂਗੇ। ਇਹ ਸ਼ਬੀਰ ਮੁਹੰਮਦ ਜੀ ਮੇਰੇ ਕੋਲ ਖੜੇ ਨੇ, ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦੇ ਕਰਮੀ ਕੇਜਰੀਵਾਲ ਦਾ ਅਤੇ ਐਚ ਐਸ ਸਕੂਲ ਦਾ ਜਿਹੜੇ ਕਿ ਕੇਜਰੀਵਾਲ ਦੇ ਲੁਧਿਆਣੇ ਤੋਂ ਲੋਕ ਸਭਾ ਦੇ ਉਮੀਦਵਾਰ ਸੀਗੇ, ਉਹਨਾਂ ਦਾ ਪੁਤਲਾ ਫੂਕਿਆ ਗਿਆ। ਕਿਉਂਕਿ ਪਿਛਲੇ ਦਿਨ ਫੂਲਕਾ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੇ 1984 ਵਿੱਚ ਦਿੱਲੀ ਵਿਖੇ ਸਿੱਖ ਕਤਲੇਆਮ ਹੋਇਆ ਸੀ ਉਹਦੇ ਵਿੱਚ ਹਿੰਦੂਆਂ ਦੇ ਨਾਂ ਨਾਲ ਮੁਸਲਮਾਨ ਵੀ ਕਤਲ ਕਦਮ 'ਚ ਸ਼ਾਮਿਲ ਸਨ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਔਰ ਘਟੀਆ ਗੱਲ ਹੈ। ਫੁਲਕਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਸ ਘਟਨਾ ਨੂੰ ਤਕਰੀਬਨ 32 ਸਾਲ ਹੋ ਗਏ ਅਤੇ ਉਹ ਉਹਨਾਂ ਦੇ ਇੱਕ ਅਫੈਕਟਿਵ ਲੋਕਾਂ ਦੇ ਕੇਸ ਵੀ ਲੜਦੇ ਸੀ, ਪਰ ਅਫਸੋਸ ਦੀ ਗੱਲ ਹੈ ਕਿ 32 ਸਾਲ ਦੇ ਵਿੱਚ ਉਹਨਾਂ ਨੂੰ ਅੱਜ ਯਾਦ ਆਇਆ। ਇਹਦਾ ਕਾਰਨ ਕੀ ਹੈ? ਇੱਕ ਸਿਆਸੀ ਕਾਰਨ ਹੈ, ਕਿਉਂਕਿ 5-6 ਮਹੀਨਿਆਂ ਦੇ ਵਿੱਚ ਪੰਜਾਬ ਅਸੈਂਬਲੀ ਦੇ ਇਲੈਕਸ਼ਨ ਆ ਰਹੇ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਬਹੁਤ ਖਰਾਬ ਹੋ ਗਈ ਹੈ। ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਬਹੁਤ ਹੀ ਉੱਥੇ ਵਾਅਦੇ ਵੱਡੇ ਵੱਡੇ ਵਾਅਦੇ ਕੀਤੇ ਸੀ, ਪਰ ਕੋਈ ਨਹੀਂ ਕਰ ਸਕੇ। ਅੱਜ ਲੋਕ ਉੱਥੇ ਹਾਹਾਕਾਰ ਮਚਾ ਰਹੇ ਹਨ। ਕਿੰਨਾ ਰੋਸ ਹੈ ਤੁਹਾਡੇ ਦੇ ਵਿੱਚ? ਰੋਸ ਸਾਰੀ ਕੌਮ ਵਿੱਚ ਹੈ, ਜਿਹੜੀ ਪੂਰੇ ਪੰਜਾਬ ਦਾ ਬੱਚਾ ਬੱਚਾ ਮੁਸਲਮਾਨ ਇਸ ਗੱਲ ਦਾ ਰੋਸ ਪ੍ਰਗਟ ਕਰਦਾ ਅਤੇ ਇਸ ਦਾ ਪੂਰਾ ਖੁੱਲ੍ਹ ਕੇ ਇਸ ਦੀ ਮੁਖਾਲਫਤ ਕਰੂਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਮੁਸਲਮਾਨ ਬਿਲਕੁਲ ਇਹਦਾ ਆਮ ਆਦਮੀ ਪਾਰਟੀ ਦਾ ਬਾਈ ਕਰ ਦੇਣਗੇ। ਅਤੇ ਸਿੱਖ ਭਰਾਵਾਂ ਨੇ ਵੀ ਐਲਾਨ ਕੀਤਾ ਵੱਡੀ ਗਿਣਤੀ ਵਿੱਚ ਇੱਥੇ ਪੰਚ ਸਰਪੰਚ ਸ਼ਾਮਿਲ ਹੋਏ ਨੇ ਕਿ ਅਸੀਂ ਵੀ ਆਮ ਆਦਮੀ ਪਾਰਟੀ ਦਾ ਡੱਟ ਕੇ ਮੁਖਾਲਫਤ ਕਰਾਂਗੇ।